ਬਾਰਾਂ ਰੱਬੀ ਅਵਲ ਅਲ ਦੇ ਜਲੂਸ ਨਿਕਲਦਾ ਨਾ, ਹਰ ਸ਼ਹਿਰ 'ਚ ਨਿਕਲਦਾ, ਹਰ ਪਿੰਡ 'ਚ ਨਿਕਲਦਾ ਜਲੂਸ ਰੱਬੀ ਅਵਲ ਸ਼ਰੀਫ ਦਾ, ਨਿਕਲਦਾ ਕਿ ਨਹੀਂ ਨਿਕਲਦਾ? ਅਤੇ ਜਲੂਸ ਵਿੱਚ ਜਾਇਆ ਕਰੋ। ਸਾਰਾ ਸਾਲ ਅਸੀਂ ਵੇਖੋ ਨਾ ਆਪਣੇ ਕੰਮ ਕਰਨੇ ਆ, ਇੱਕ ਦਿਨ ਮਹਿਬੂਬ ਦੇ ਨਾਂ ਵੀ 'ਤੇ ਆਉਣਾ ਚਾਹੀਦਾ ਨਾ ਜੀ, ਇੱਕ ਦਿਨ ਕਮਲੀ ਵਾਲੇ ਦੇ ਨਾਂ ਵੀ ਜਲੂਸ 'ਚ ਜਾਓ। ਠੀਕ ਹੈ, ਉੱਥੇ ਕਲਾਮ ਪੜਿਆ ਜਾ ਰਿਹਾ, ਨਾਤ ਪੜ੍ਹੀ ਜਾ ਰਹੀ, ਲੋਕ ਲੰਗਰ ਤਕਸੀਮ ਕਰਦੇ ਨੇ, ਔਰ ਅੱਲਾਹ ਦੀ ਕਸਮ ਇੰਨਾ ਲੋਕ ਲੰਗਰ ਵੰਡਦੇ ਨੇ, ਮਾੜੇ ਤੋਂ ਮਾੜੇ ਮੈਂ ਬੰਦੇ ਵੇਖੇ ਨੇ, ਮਾੜੇ ਤੋਂ ਬੰਡੇ ਪੂਰਾ ਪੂਰਾ ਰਕਸ਼ਾ ਪਾਣੀ ਦਾ ਤਕਸੀਮ ਕਰ ਛੱਡਿਆ, ਦੋ ਦੋ ਚਾਰ ਚਾਰ ਦੇਗਾਂ ਜਲੂਸ ਵਿੱਚ ਆਉਣ ਵਾਲਿਆਂ ਲੋਕਾਂ ਨੂੰ ਖਿਲਾ ਛੱਡੀਆਂ ਨੇ। ਕਿਉਂ? ਨੀਅਤ ਇਹ ਵੀ ਕਿ ਮੇਰੇ ਮਹਿਬੂਬ ਦੇ ਆਉਣ ਦੀ ਖੁਸ਼ੀ ਮਨਾ ਰਹੇ ਨੇ, ਹਜ਼ੂਰ ਦੇ ਆਉਣ ਦੀ ਕੀ ਮਨਾ ਰਹੇ ਨੇ, ਲੰਗਰ ਵੀ ਤਕਸੀਮ ਕਰੋ ਜਿੰਨਾ ਤੁਹਾਨੂੰ ਤਫੀਕ ਹੈ ਉਹਨਾਂ ਦੇਵੋ। ਐ ਜੀ ਜਲੂਸ ਕਿੱਥੇ ਵੇ ਜੀ, ਜਲੂਸ ਕਿਉਂ ਕੱਢਦੇ? ਆਉਣ ਸੁਣੀ, ਚੰਦ ਦਿਨ ਕਬਲ ਨਾ ਹਜ਼ਰਤ ਉਸਮਾਨੇ ਗਨੀ ਦਾ ਜਲੂਸ ਨਿਕਲਿਆ, ਮੇਰੇ ਕੋਲ ਵੀਡੀਓ ਮੌਜੂਦ ਹੈ, ਤੁਸੀਂ ਨੈਟ 'ਤੇ ਰਿਸਰਚ ਕਰੋ, ਮੈਂ ਤੁਹਾਨੂੰ ਦਿਖਾ ਸਕਦਾ। ਚੰਦ ਦਿਨ ਕਬਲ ਬਾਬਾ ਜੀ ਹਜ਼ਰਤ ਉਸਮਾਨੇ ਗਨੀ ਜ਼ੁਨੂਰੈਨ ਦਾ ਜਲੂਸ ਨਿਕਲਿਆ, ਲੋਕ ਜਲਸੇ ਵਿੱਚ ਸ਼ਾਮਿਲ ਹੋਏ, ਜਲੂਸ ਵਿੱਚ ਸ਼ਾਮਿਲ ਹੋਏ, ਕਿਸੇ ਨਹੀਂ ਆਖਿਆ ਕਿੱਥੇ ਲਿਖਿਆ। ਉਸ ਤੋਂ ਪਹਿਲੇ ਹਜ਼ਰਤ ਉਮਰੇ ਫਾਰੂਕ ਦਾ ਯਕਮ ਮੁਹਰਮ ਨੂੰ ਕਰਾਚੀ ਦੇ ਅੰਦਰ ਜਲੂਸ ਨਿਕਲਿਆ, ਲਾਹੌਰ ਦੇ ਅੰਦਰ ਜਲੂਸ ਨਿਕਲਿਆ, ਰਾਵਲਪਿੰਡੀ ਦੇ ਅੰਦਰ ਜਲੂਸ ਨਿਕਲਿਆ। ਕੀ ਹੈ ਜੀ ਅੱਜ ਹਜ਼ਰਤ ਉਮਰ ਦਾ ਦਿਨ ਨੇ, ਕੀ ਹੈ ਜੀ ਅੱਜ ਹਲੀਫਾ ਦੌਮ ਦਾ ਦਿਨ ਨੇ। ਓਏ ਹਜ਼ਰਤ ਉਮਰ ਦਾ ਜਲੂਸ ਕੱਢਣਾ, ਮੈਨੂੰ ਕੋਈ ਇੱਕ ਮੌਲਵੀ, ਮੈਨੂੰ ਕੋਈ ਇੱਕ ਮੁਫਤੀ, ਮੈਨੂੰ ਕੋਈ ਇੱਕ ਆਲਿਮ ਸਾਬਤ ਕਰੇ ਕਿ ਸਹਾਬਾ ਨੇ ਆਪਣੇ ਦੌਰ ਵਿੱਚ ਹਜ਼ਰਤ ਉਮਰ ਦਾ ਜਲੂਸ ਕੱਢਿਆ ਸੀ। ਸੁਣੋ ਨਾ, ਜਿਹੜੇ ਆਉਂਦੇ ਨੇ ਸਹਾਬਾ ਨੇ ਜਲੂਸ ਮਨਾਇਆ, ਸਹਾਬਾ ਜਲੂਸ ਕੱਢਿਆ, ਸਹਾਬਾ ਮਿਲਾਦ ਮਨਾਇਆ, ਓਏ ਉਹਨਾਂ ਕੋਲ ਵੀ ਤਾਂ ਪੁੱਛੋ, ਉਹਨਾਂ ਕੋਲ ਵੀ ਤਾਂ ਕੋਈ ਜਵਾਬ ਲਵੋ ਕਿ ਜਨਾਬ ਸਾਨੂੰ ਦੱਸੋ ਪੂਰੇ ਸਹਾਬਾ ਦੇ ਦੌਰ ਵਿੱਚ ਕਿਸੇ ਇੱਕ ਸਹਾਬੀ ਨੇ ਹਜ਼ਰਤ ਉਸਮਾਨੇ ਗਨੀ ਦਾ ਜਲੂਸ ਕੱਢਿਆ ਹੋਵੇ ਕਿ ਜੀ ਅੱਜ ਉਹਨਾਂ ਦਾ ਦਿਨ ਨੇ, ਉਹਨਾਂ ਦਾ ਜਲੂਸ ਪੇ ਕੱਢਨੇ ਆ। ਕਿਸੇ ਇੱਕ ਸਹਾਬੀ ਨੇ ਹਜ਼ਰਤ ਉਮਰ ਦੇ ਨਾਂ ਦਾ ਜਲੂਸ ਕੱਢਿਆ ਹੋਵੇ, ਸਾਬਤ ਕਰੋ। ਮੈਂ ਮਿੰਬਰ ਤੋਂ ਥੱਲੇ ਉਤਰ ਜਾਵਾਂਗਾ, ਹੈ ਹੀ ਨਹੀਂ, ਕਿਸੇ ਸਹਾਬੀ ਨਹੀਂ ਮਨਾਇਆ, ਕਿਸੇ ਸਹਾਬੀ ਦੇ ਦੌਰ ਵਿੱਚ ਨਾ ਹਜ਼ਰਤ ਅਬੂ ਬਕਰ ਦੇ ਦੌਰ ਵਿੱਚ, ਨਾ ਹਜ਼ਰਤ ਉਮਰ ਦੇ ਦੌਰ ਵਿੱਚ, ਨਾ ਹਜ਼ਰਤ ਉਸਮਾਨ ਦੇ ਦੌਰ ਵਿੱਚ, ਨਾ ਹਜ਼ਰਤ ਮੌਲਾ ਅਲੀ ਦੇ ਦੌਰ ਵਿੱਚ। ਉਹ ਲੋਕੋ ਸਮਝੋ ਯਾਰ ਮਸਲੇ ਨੂੰ, ਕਿਸੇ ਸਹਾਬੀ ਨੇ ਹਜ਼ਰਤ ਉਸਮਾਨ ਦਾ ਜਲੂਸ ਨਹੀਂ ਕੱਢਿਆ, ਕਿਸੇ ਸਹਾਬੀ ਨੇ ਹਜ਼ਰਤ ਉਮਰ ਦਾ ਜਲੂਸ ਨਹੀਂ ਕੱਢਿਆ। ਅਤੇ ਜਿਹੜੇ ਅੱਜ ਵੀ ਕੱਢਦੇ ਨੇ, ਉਹ ਵਿਗੜਦੇ ਨੇ ਜਿਹੜੇ ਮੁਨਕਰ ਨੇ ਮਿਲਾਦ ਦੇ ਵਿੱਚ, ਜਲੂਸ ਨਹੀਂ ਕੱਢਣਾ ਚਾਹੀਦਾ। ਜਲੂਸ ਕਿੱਥੇ ਲਿਖਿਆ? ਮੈਂ ਕਿਹਾ ਨੌਕਰਾਂ ਦਾ ਜਲੂਸ ਕੱਢੀਏ ਤਾਂ ਜਾਇਜ਼ ਹੈ, ਅਤੇ ਜੇ ਮਾਲਕਾਂ ਦਾ ਕੱਢੀਏ ਤਾਂ? ਹਾਂ ਬੋਲੋ ਬੋਲੋ ਇੱਕ ਵਾਰੀ। ਓਏ ਨੌਕਰ ਦਾ ਜਲੂਸ ਕੱਢਣਾ ਜਾਇਜ਼ ਹੈ, ਸਹਾਬੀ ਦਾ ਜਲੂਸ ਕੱਢਣਾ ਜਾਇਜ਼ ਹੈ, ਅਤੇ ਜਿਹਦੇ ਸਦਕੇ ਸਹਾਬੀ ਬਣਿਆ, ਜਿਹਦੇ ਕਦਮਾਂ ਨਾਲ ਲੱਗ ਕੇ ਉਮਰੇ ਫਾਰੂਕ ਬਣਿਆ, ਜਿਹਦੇ ਕਦਮਾਂ ਨਾਲ ਲੱਗ ਕੇ ਅਬੂ ਬਕਰ ਸਦੀਕ ਬਣਿਆ, ਜਿਹਦੇ ਕਦਮਾਂ ਨਾਲ ਲੱਗ ਕੇ ਉਸਮਾਨ ਜ਼ੁਨੂਰੈਨ ਬਣਿਆ, ਓਏ ਜੇ ਸਹਾਬਾ ਦੇ ਨਾਂ ਦਾ ਜਲੂਸ ਕੱਢਣਾ ਲੋਕੋ ਜਾਇਜ਼ ਹੈ, ਫਿਰ ਨਬੀ ਪਾਕ ਦੇ ਆਉਣ ਦੀ ਖੁਸ਼ੀ ਦਾ ਜਲੂਸ ਕੱਢਣਾ ਵੀ ਜਾਇਜ਼ ਹੈ। ਪੱਕੀ ਗੱਲ, ਕੋਈ ਮਨਾ ਨਹੀਂ। ਆਪਣੀ ਵਾਰੀ ਸਾਰੇ ਕੰਮ ਕਰਦੇ ਹੋ ਤਾਂ ਜਦੋਂ ਅਸੀਂ ਕਰੀਏ ਤਾਂ ਉਦੋਂ ਅਸੀਂ ਮੁਜਰਮ ਬਣ ਜਾਂਦੇ ਹਾਂ, ਉਦੋਂ ਅਸੀਂ ਗੁਨਾਹਗਾਰ ਬਣ ਜਾਂਦੇ ਹਾਂ ਜੀ। ਜੇ ਸਹਾਬਾ ਨਹੀਂ ਕੀਤਾ, ਜੇ ਸਹਾਬਾ ਦੇ ਦੌਰ ਵਿੱਚ ਇਹ ਕੰਮ ਨਹੀਂ ਹੋਇਆ, ਤੁਸੀਂ ਉਹਨਾਂ ਨੂੰ ਪੁੱਛੋ ਵੀ ਜਿਹੜੇ ਤੁਸੀਂ ਜਲੂਸ ਪੇ ਕੱਢਦੇ ਹੋ, ਇਹ ਸਹਾਬਾ ਨੇ ਕੱਢੇ ਸਨ? ਤਵੱਜੋ ਕਰੋ, ਹਜ਼ੂਰ ਦੇ ਦੌਰ ਵਿੱਚ ਇਹ ਬੁਖਾਰੀ ਮੁਸਲਿਮ ਕਿਤਾਬਾਂ ਨੇ, ਉਹਨਾਂ ਮੌਲਵੀਆਂ ਨੂੰ ਪੁੱਛੋ ਵੀ ਇਹ ਬੁਖਾਰੀ ਸ਼ਰੀਫ ਨਬੀ ਪਾਕ ਦੇ ਦੌਰ ਵਿੱਚ ਹੈ ਸੀ?
ਮੁਸਲਮ ਸ਼ਰੀਫ ਨਬੀ ਪਾਕ ਦੇ ਦੌਰ ਵਿੱਚ ਆਇਆ ਸੀ। ਅਜਿਹੋ ਜਿਹੀਆਂ ਮਸਜਿਦਾਂ ਅੱਜ ਬਣੀਆਂ ਨੇ ਇਹ ਨਬੀ ਪਾਕ ਦੇ ਦੌਰ ਵਿੱਚ ਆਇਆ ਸਨ। ਚਲੋ ਇਹ ਲਾਓ, ਇਹ ਸਪੀਕਰ ਮੇਰੇ ਸਾਹਮਣੇ ਪਿਆ, ਸਾਦੀ ਜਿਹੀ ਮਿਸਾਲ ਹੈ, ਝਟਕੀ ਜਿਹੀ। ਨਬੀ ਪਾਕ ਦੇ ਦੌਰ ਵਿੱਚ ਸਪੀਕਰ ਆਇਆ ਸੀ, ਬੋਲੋ ਐ ਸੀ, ਤੇ ਫਿਰ ਹੁਣ ਸਪੀਕਰ ਲਾ ਕੇ ਕਿਉਂ ਤਕਰੀਰਾਂ ਕਰਦੇ? ਕਿਉਂਕਿ ਨਵੀਂ ਚੀਜ਼ ਹੈ, ਸਹਾਬਾ ਦੇ ਦੌਰ ਵਿੱਚ ਕੋਈ ਨਹੀਂ ਸੀ, ਨਬੀ ਪਾਕ ਦੇ ਦੌਰ ਵਿੱਚ ਕੋਈ ਨਹੀਂ ਸੀ, ਹੁਣ ਸਾਰੇ ਕਰੀ ਫਿਰਦੇ ਹੋ। ਬੁਖਾਰੀ ਸ਼ਰੀਫ ਦਾ ਜਨਾਬ ਤੁਸੀਂ ਜਲਸਾ ਕਰਾਉਂਦੇ ਹੋ, ਨਬੀ ਪਾਕ ਨੇ ਕਰਾਇਆ, ਸਹਾਬਾ ਇਕਰਾਮ ਨੇ ਕਰਾਇਆ, ਆਪ ਹੀ ਜੋ ਮਰਜ਼ੀ ਕਰੋ। ਅਸੀਂ ਸੁੰਨੀ ਕਰੀਏ ਤਾਂ ਅਸੀਂ ਜਨਾਬ ਭੈੜੇ ਬਣ ਜਾਂਦੇ, ਅਸੀਂ ਕਰੀਏ ਤਾਂ ਅਸੀਂ ਬਿਦਤੀ ਬਣ ਜਾਂਦੇ ਹਾਂ ਜੀ, ਬਿਦਤ। ਇੱਕ ਮੈਨੂੰ ਕਹਿਣ ਲੱਗਾ ਸੁਲਤਾਨੀ ਸਾਹਿਬ, ਨਬੀ ਪਾਕ ਦੇ ਦੌਰ ਵਿੱਚ ਮਿਲਾਦ ਨਹੀਂ ਮਨਾਇਆ ਗਿਆ ਅਤੇ ਤੁਸੀਂ ਹੁਣ ਮਨਾਉਂਦੇ ਹੋ, ਤਾਂ ਬਿਦਤ ਹੈ। ਮੈਂ ਕਿਹਾ ਵੀ ਤੇਰੀ ਗੱਲ ਠੀਕ ਹੈ, ਇੱਧਰ ਤਵੱਜੋ, ਵੀ ਜਿਹੜਾ ਕੰਮ ਨਬੀ ਪਾਕ ਦੇ ਦੌਰ ਵਿੱਚ ਨਹੀਂ ਹੋਇਆ, ਜੇ ਹੁਣ ਹੋਵੇ ਤਾਂ ਕੀ ਹੈ? ਬਿਦਤ। ਕੀ ਹੈ? ਬਿਦਤ। ਅਤੇ ਮੈਂ ਕਿਹਾ ਮੌਲਵੀ ਜੀ, ਫਿਰ ਤੁਸੀਂ ਵੀ ਬਿਦਤ ਹੀ ਹੋ। ਆਂਦਾ ਉਹ ਕਿਉਂ? ਮੈਂ ਕਿਹਾ ਤੂੰ ਵੀ ਹੁਣ ਹੀ ਜੰਮਿਆ, ਨਬੀ ਪਾਕ ਦੇ ਦੌਰ ਵਿੱਚ ਨਹੀਂ ਸਹਿਣਾ, ਹੁਣ ਹੀ ਪੈਦਾ ਹੋਇਆ ਨਾ, ਅਤੇ ਜਿਹੜਾ ਕੰਮ ਨਬੀ ਪਾਕ ਦੇ ਦੌਰ ਵਿੱਚ ਨਹੀਂ ਹੋਣ ਹੋਵੇ ਤਾਂ ਮੈਂ ਕਿਹਾ ਤੂੰ ਵੀ ਬਿਦਤ ਹੀ ਜੰਮਿਆ। ਫਿਰ ਅੱਗੋਂ ਹੱਸਣ ਲੱਗ ਪਿਆ, ਬਾਬਾ ਜੀ ਇਹ ਸਾਡੇ 'ਤੇ ਸਾਰੇ ਇਤਰਾਜ਼ ਕੀਤੇ ਜਾਂਦੇ ਨੇ, ਆਪ ਹੀ ਸਾਰੇ ਕੰਮ। ਮੈਂ ਤੁਹਾਨੂੰ ਲੈ ਜਾਣਾ ਉਹਨਾਂ ਦੇ ਮਦਰੱਸਿਆਂ 'ਚ, ਜਿਹੜੇ ਆਉਂਦੇ ਨਾ ਜੀ ਨਹੀਂ ਮਨਾਉਣਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਸਾਰੇ ਕੰਮ ਆਪਣੇ ਪੁੱਤਰਾਂ ਦੇ ਵਿਆਹਾਂ 'ਤੇ ਸਾਰੀਆਂ ਖੁਸ਼ੀਆਂ ਕਰਦੇ ਜੇ, ਆਪਣੀ ਵਾਰੀ ਆਵੇ ਸਾਰੇ ਜਲੂਸ ਕੱਢਦੇ ਨੇ, ਜਦੋਂ ਨਬੀ ਪਾਕ ਦੀ ਵਾਰੀ ਆਵੇ ਤਾਂ ਫਿਰ ਸਾਰਿਆਂ ਨੂੰ ਗੱਲਾਂ ਆਉਣ ਲੱਗ ਪੈਂਦੀਆਂ। ਆਖਰੀ ਮਸਲਾ ਸੁਣੋ,